ਅਸੀਂ ਸਾਰੇ ਪਿੰਡ ਆ ਜਿਹੜੇ ਘੱਗਰ ਤੋਂ ਪਾਰ ਆ, ਇਹ ਪਿੰਡ ਨਾਲ ਪਿੰਡ ਇਹਨਾਂ ਪਿੰਡਾਂ ਨਾਲ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਨੇ ਮਤਰੇਈ ਮਾਲਾ ਸਲੂਕ ਕੀਤਾ, ਪੱਖਪਾਤ ਕੀਤਾ। ਔਰ ਸੜਕਾਂ ਦੇ ਮਾਮਲੇ ਦੇ ਵਿੱਚ ਤਾਂ ਤੁਸੀਂ ਦੇਖਿਆ, ਅਸੀਂ ਪਿਛਲੇ ਸਾਲ ਵੀ ਜੀਰੀਆਂ ਲਾ ਲਾ ਕੇ ਸੜਕਾਂ ਦੇ ਉੱਪਰ, ਔਰ ਜਦੋਂ ਚੌਂਕ ਦੇ ਵਿੱਚ ਚੀਕੇ ਧਰਨਾ ਲੱਗਿਆ ਉਦੋਂ ਵੀ ਉੱਥੇ ਧਰਨੇ 'ਤੇ ਬੈਠ ਬੈਠ ਕੇ ਬੜੀ ਜੱਦੋ ਜਹਿਦ ਤੋਂ ਬਾਅਦ ਅਸੀਂ ਇਹ ਸੜਕ ਬਣਵਾਈ ਸੀ। ਇਹ ਸੜਕ ਡੇਢ ਮਹੀਨਾ ਬਣੀ ਚੱਲੀ ਹੋਇਆ ਇਹਨੂੰ ਸਿਰਫ, ਔਰ ਡੇਢ ਮਹੀਨੇ ਦੇ ਵਿੱਚ ਇਹਦੀ ਜਿਹੜੀ ਮਿਆਦ ਆ ਡੇਢ ਮਹੀਨਾ ਹੋ ਰਿਹਾ। ਅਸੀਂ ਅੱਜ ਤੱਕ ਸ਼ਿਕਾਇਤ ਕੋਈ ਸੀ ਅਫਸਰ ਨੂੰ ਕੀਤੀ? ਸ਼ਿਕਾਇਤ ਅਸੀਂ ਪਿਛਲੇ ਦਿਨੀ SDO ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਵੀ ਭਾਈ ਆ ਕੇ ਆਪਣੇ ਸੜਕਾਂ ਦਾ ਹਾਲ ਦੇਖੋ, ਸੁਧਾਰੋ। ਕਹਿੰਦੇ ਹਾਂ ਆਵਾਂਗੇ, ਕੋਈ ਸੁਣਦਾ ਨਹੀਂ, ਚੋਰਾਂ ਨਾਲ ਕੁੱਤੀ ਰਲੀ ਹੋਈ ਹੈ ਜੀ ਇੱਥੇ, ਕੋਈ ਸੁਣਵਾਈ ਨਹੀਂ ਇੱਥੇ ਜਨਤਾ ਦੀ। ਸਰਕਾਰਾਂ ਨੂੰ ਆਪਦੇ ਘਰ ਭਰਨ ਦੀਆਂ ਪਈਆਂ ਹੋਈਆਂ ਨੇ, ਕਿਸੇ ਦਾ ਜਨਤਾ ਤੋਂ ਸਿਰਫ ਵੋਟਾਂ ਵੇਲੇ ਇਹਨਾਂ ਨੂੰ ਜਨਤਾ ਦਿਖਦੀ ਹੈ, ਉਸ ਤੋਂ ਬਾਅਦ ਇਹਨਾਂ ਨੂੰ ਜਨਤਾ ਦਿਸਦੀ ਨਹੀਂ ਹੈਗੀ। ਸੋ ਅਸੀਂ ਸਾਰੇ ਨਾਲ ਦੇ ਪਿੰਡਾਂ ਨੂੰ ਬੇਨਤੀ ਕਰਾਂਗੇ। ਵੋਟਾਂ ਆ ਗਈ, ਬਸ ਇੱਕ ਮਹੀਨਾ ਹੀ ਰਹਿ ਗਿਆ, ਮੈਨੇ ਵੋਟਾਂ ਵੀ ਤੁਹਾਡੀ ਵਿਧਾਨ ਸਭਾ ਦੀਆਂ, ਕਿਸ ਤਰ੍ਹਾਂ ਤੁਸੀਂ ਕਿ ਤੁਸੀਂ ਵੀ ਮੰਨ ਲਓ ਪਹਿਲਾਂ ਵਾਂਗੂ ਹੀ ਕਰੋਗੇ? ਨਹੀਂ ਨਹੀਂ, ਅਸੀਂ ਇਸ ਬਾਰੇ ਇਹਨਾਂ ਨੂੰ ਕਰਾਰਾ ਜਵਾਬ ਦੇਵਾਂਗੇ ਸਰਕਾਰ ਨੂੰ, ਔਰ ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਵੀ ਇਸ ਸਰਕਾਰ ਦੀਆਂ ਜਿਹੜੀਆਂ ਜੜ੍ਹਾਂ ਤੋਂ ਪੱਟ ਕੇ ਇਹਨੂੰ ਸਿੱਟੋ ਇੱਕ ਸਾਈਡ 'ਤੇ, ਤਾਂ ਕਿ ਜਿਹੜੀਆਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਜੜ੍ਹਾਂ ਇਸ ਸਰਕਾਰਾਂ ਤੋਂ ਬਚਾ ਸਕੀਏ, ਔਰ ਇਹ ਜਨਤਾ ਨੂੰ ਬਚਾ ਸਕੀਏ, ਤਾਂ ਕਰਕੇ ਆਪਣਾ ਕੋਈ ਮਸਲਾ ਹੱਲ ਹੋ ਸਕਦਾ। ਮਾਲਵੇ ਨੂੰ ਹਰਿਆਣਾ ਨਾਲ ਜੋੜਨ ਵਾਲੀ ਸੜਕ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਹ ਸੜਕ ਜਿਹੜੀ ਕਿ ਹੈ ਅਜੀਮਗੜ੍ਹ ਤੋਂ ਹਰਿਆਣਾ ਦਾ ਪਹਿਲਾ ਪਿੰਡ ਸ਼ੁਰੂ ਹੁੰਦਾ, ਔਰ ਇਹ ਹਾਸੀ ਮੁੜਾਣ ਨਹਿਰ ਦੇ ਅਸੀਂ ਪੁਲ 'ਤੇ ਖੜੇ ਹਾਂ ਇਸ ਵਕਤ। ਇਸ ਪੁਲ ਦੇ ਉੱਤੇ ਜਿਹੜੀ ਸੜਕ ਹੈ ਇਹ 8-10 ਸਾਲ ਬਾਅਦ ਬਣੀ ਸੀ, ਅਭੀ ਡੇਢ ਮਹੀਨਾ ਹੋਇਆ ਸੜਕ ਬਣੀ ਨੂੰ, ਲੇਕਿਨ ਇਹ ਸੜਕ ਟੁੱਟਣੀ ਸ਼ੁਰੂ ਹੋ ਗਈ ਹੈ। ਲੋਕਾਂ ਨੂੰ ਭਾਰੀ ਮੁਸ਼ਕਿਲ ਆ ਰਹੀ ਹੈ ਕਿਉਂਕਿ ਇਹ ਸੜਕ ਬਠਿੰਡਾ, ਬਰਨਾਲਾ, ਮਾਨਸਾ ਔਰ ਇੱਧਰ ਦਿੱਲੀ, ਪੇਵਾ, ਕੁਰਸ਼ੇਤਰ, ਰਾਜਸਥਾਨ ਤੱਕ ਇਸ ਰਸਤੇ ਨੂੰ ਜੋੜ ਰਹੀ ਹੈ, ਇੱਕ ਮਾਤਰ ਸੜਕ ਹੈ। ਲੇਕਿਨ 7-8 ਸਾਲ ਬਾਅਦ ਹਰਿਆਣਾ ਸਰਕਾਰ ਵੱਲੋਂ ਸੜਕ ਦਾ ਨਿਰਮਾਣ ਕੀਤਾ ਗਿਆ, ਲੇਕਿਨ ਡੇਢ ਮਹੀਨੇ ਬਾਅਦ ਸੜਕ ਦਾ ਟੁੱਟਣਾ, ਜਿਹੜਾ ਲੋਕ ਨਿਰਮਾਣ ਵਿਭਾਗ ਦੀ ਕਾਰਜ ਪ੍ਰਣਾਲੀ ਹੈ ਉਸ 'ਤੇ ਪ੍ਰਸ਼ਨ ਚਿੰਨ੍ਹ ਲਗਾ ਰਿਹਾ। ਉਸ ਕਿਸਾਨਾਂ ਨੇ ਇਸ ਨੂੰ ਲੈ ਕੇ ਵਿਰੋਧ ਕਰਨਾ ਸ਼ੁਰੂ ਕਰਤਾ, ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਇਹ ਮੁੱਦਾ ਬਣੇਗਾ। ਇਹ ਕਿਸਾਨ ਖੜ੍ਹੇ ਹੈ ਹਰਿਆਣੇ ਦੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕੀ ਸਾਰਾ ਇਹ ਮੈਟਰ ਹੈ। ਹਾਂਜੀ, ਕੀ ਨਾਮ ਤੁਹਾਡਾ? ਜ਼ਿਲ੍ਹਾ ਪ੍ਰਧਾਨ BKU ਚਡੋਨੀ, ਕੇਵਲ ਸਿੰਘ। ਕੇਵਲ ਸਿੰਘ ਜੀ, ਇਹ ਜੇ ਸੜਕ ਵੀ ਡੇਢ ਦੋ ਮਹੀਨਾ ਹੈ ਸੜਕ ਬਣੀ ਨੂੰ, ਇਸ ਕੇ ਹਾਲਾਤ ਤੁਸੀਂ ਦੇਖ ਰਹੇ ਹੋ ਕੀ ਹੈ? ਇਹ ਲੁੱਕ ਵੀ ਖਾ ਗਏ, ਬਜਰੀ ਵੀ ਖਾ ਗਏ, ਇਹ ਸਾਰੀ ਘਟੀਆ ਹਰਕਤ ਕੀਤੀ ਇਹਨਾਂ ਨੇ। ਕਿੱਥੇ ਲੈ ਕੇ ਜਾਓਗੇ ਇਸ ਮੁੱਦੇ ਨੂੰ? ਹੁਣ ਆ ਗਏ, ਟਾਈਮ ਆ ਗਿਆ, ਵੋਟਾਂ ਆ ਗਈਆਂ, ਇਹਨਾਂ ਦੇ ਸਾਹਮਣੇ ਖੜਾ ਕਰਾਂਗੇ ਇਹ ਮੁੱਦਾ? ਇਹ ਸਾਰਾ ਪੈਸਾ ਖਾ ਗਏ, ਜੋ ਸੜਕਾਂ ਬਣਾਉਣ 'ਤੇ ਠੇਕੇਦਾਰ ਖਾ ਗਿਆ, ਪ੍ਰਸ਼ਾਸਨ ਖਾ ਗਿਆ, MLA ਖਾ ਗਿਆ। ਕਿੰਨੇ ਪਿੰਡਾਂ ਨੂੰ ਜੋੜਦੀ ਹੈ ਇਹ ਰਸਤਾ? ਕਿੰਨਾ ਮੇਨ ਹੈ? ਇਹ ਮੇਨ ਰਸਤਾ ਜੀ ਸਾਰਾ, ਇਹ ਸੰਗਰੂਰ ਨੂੰ ਜਾ ਰਿਹਾ, ਪਟਿਆਲੇ ਨੂੰ ਵੀ ਜਾ ਰਿਹਾ, ਕੈਥਲ ਨੂੰ ਵੀ ਜਾ ਰਿਹਾ, ਦਿੱਲੀ ਨੂੰ ਵੀ ਜਾ ਰਿਹਾ, ਮੇਨ ਰਸਤਾ ਹੈ ਸਾਡਾ। ਕੋਈ SDM ਨੂੰ, DC ਨੂੰ ਕੈਥਲ ਦੇ ਤੁਸੀਂ ਜਾਓਗੇ ਉਹਨਾਂ ਕੋਲ? ਬਿਲਕੁਲ ਜਾਵਾਂਗੇ ਜੀ, ਬਿਲਕੁਲ ਇਹਦੀ ਕੰਪਲੇਂਟ ਕਰਾਂਗੇ। ਜਿਹੜੇ ਹਰਿਆਣੇ ਦੇ ਕਿਸਾਨ ਹੈ ਉਹ ਵੀ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਨਗੇ, ਜਾਣਗੇ, ਕਹਿ ਰਹੇ ਵੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਕੈਥਲ ਨੂੰ ਮਿਲਾਂਗੇ। ਹਾਂਜੀ, ਕੀ ਨਾਮ ਆਪ ਜੀ ਦਾ? ਮੇਰਾ ਨਾਮ ਲਖਵਿੰਦਰ ਸਿੰਘ, BKU ਚਟੋਨੀ, ਜ਼ਿਲ੍ਹਾ ਪ੍ਰਭਾਰੀ ਕੈਥਲ ਜੀ। ਜੋ ਇਹ ਸੜਕ ਹੈ ਇਹ ਲਗਭਗ 8 ਸਾਲ ਬਾਅਦ ਸੜਕ ਬਣੀ ਸੀ। ਇਹ ਵੀ ਇਹ ਜੋ ਇਲਾਕੇ ਦੇ ਜੋ ਵੀ ਮੋਹਤਵਾਰ ਨੇ ਮੌਕੇ ਮੌਕੇ 'ਤੇ ਪ੍ਰਦਰਸ਼ਨ ਕਰਦੇ ਰਹੇ ਅਤੇ ਜੀਰੀ ਵੀ ਲਗਾਈ ਸੜਕ ਦੇ ਉੱਤੇ, ਤਾਂ ਉਸ ਟਾਈਮ ਇੰਨਾ ਟਾਈਮ ਤੋਂ ਬਾਅਦ ਸਾਡੀ ਸੁਣੀ ਗਈ ਸੀ। ਅਤੇ ਜਦੋਂ ਸੁਣੀ ਗਈ ਤਾਂ ਇਹ ਸੜਕ ਬਣੀ ਲਗਭਗ ਡੇਢ ਮਹੀਨਾ ਹੋਇਆ। ਇਹ ਸੜਕ ਇਸ ਟਾਈਮ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ। ਕਿਸ ਤਰ੍ਹਾਂ ਦਾ ਮਟੀਰੀਅਲ ਲਿਆ ਇਹਦੇ ਵਿੱਚ? ਮਟੀਰੀਅਲ ਬਿਲਕੁਲ ਥਰਡ ਕੁਆਲਿਟੀ ਦਾ ਮਟੀਰੀਅਲ ਲੱਗਦਾ ਹੈ, ਕਿਉਂਕਿ ਜੋ ਸਾਡੇ ਹਲਕਾ ਗੁਲਾ ਦੇ ਵਿਧਾਇਕ ਨੇ ਉਹ ਤਾਂ ਇੱਕ ਇਮਾਨਦਾਰੀ ਦਾ ਉਹ ਆਪਣਾ ਪਵਾਨਾ ਪੇਸ਼ ਕਰਦੇ ਨੇ ਕਿ ਮੈਂ ਬਿਲਕੁਲ ਇਮਾਨਦਾਰ ਹਾਂ। ਜੇ ਇਮਾਨਦਾਰ ਨੇ ਤਾਂ ਉਹਦੇ ਰਾਜ ਵਿੱਚ ਹੀ ਇਹੋ ਜਿਹੇ ਕੰਮ ਹੋ ਰਹੇ ਨੇ। ਅਤੇ ਮੈਨੂੰ ਲੱਗਦਾ ਕਿ ਪੂਰੇ ਹਰਿਆਣੇ ਦੇ ਵਿੱਚ ਸਾਰਿਆਂ ਤੋਂ ਜ਼ਿਆਦਾ ਜੇ ਸੜਕਾਂ ਨੂੰ ਲੈ ਕੇ ਧਰਨਾ ਲੱਗਿਆ ਤਾਂ ਉਹ ਹਲਕਾ ਗੁਲਾ ਦੇ ਅੰਦਰ ਲੱਗਿਆ, ਤਾਂ ਇਹ ਇੱਕ ਲੋਕਾਂ ਦੀ ਸਾਰਿਆਂ ਤੋਂ ਜ਼ਿਆਦਾ ਜ਼ਰੂਰਤ ਹੈ। ਫਸਲ ਵੀ ਇੱਥੇ ਲੈ ਕੇ ਜਾਣੀ ਹੈ, ਸਕੂਲਾਂ ਦੇ ਬੱਚਿਆਂ ਨੇ ਵੀ ਜਾਣਾ, ਕੋਈ ਮਰੀਜ਼ ਹੈ ਬਿਮਾਰ ਉਹਨੂੰ ਵੀ ਲੈ ਕੇ ਜਾਣਾ, ਤਾਂ ਇਹ ਲੋਕ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ। ਬਠਿੰਡਾ ਡੱਬਵਾਲੀ ਤੱਕ, ਇੱਧਰ ਦਿੱਲੀ, UP ਤੱਕ ਇਹ ਰਸਤਾ ਮੇਨ ਹੈ, ਹਰਿਦੁਆਰ ਤੱਕ ਇਹ ਜੋੜਦਾ,
ਤਾਂ ਜਦੋਂ ਇਹੋ ਜਿਹੇ ਰਸਤਿਆਂ ਦੇ ਹਾਲ ਹੈ ਤਾਂ ਹੁਣ ਲੋਕਾਂ ਨੂੰ ਵੀ ਸੁਚੇਤ ਹੋਣ ਦੀ। ਵਿਧਾਨ ਸਭਾ ਚੋਣੇ ਤੁਹਾਡੀ ਆ ਗਈ ਹੈ, ਹੁਣ ਇਹ ਮੁੱਦਾ ਕਿਸ ਤਰ੍ਹਾਂ ਕਰਵਾਓਗੇ? ਇਹ ਜੋ ਮੁੱਦਾ ਹੈ ਮੇਰਾ ਤਾਂ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਜਦੋਂ ਵੀ ਜ਼ਿਆਦਾ ਈਸ਼ਵਰ ਵਿਧਾਇਕ ਆਵੇ ਜਾਂ ਕੁਲਵੰਤ ਵਿਧਾਇਕ ਜੀ ਆਉਣ, ਜਿਹੜੇ ਲਗਾਤਾਰ ਕਹਿੰਦੇ ਨੇ ਕਿ ਅਸੀਂ ਇਲਾਕੇ ਦਾ ਇੰਨਾ ਜ਼ਿਆਦਾ ਵਿਕਾਸ ਕਰਾਇਆ, ਤਾਂ ਉਹਨਾਂ ਨੂੰ ਬੰਨ ਕੇ ਇਹ ਵਿਕਾਸ ਉਹਨਾਂ ਨੂੰ ਚੇਤੇ ਕਰਾਉਣਾ ਚਾਹੀਦਾ ਹੈ ਕਿ ਲੋਕ ਤਾਂ ਨਰਕ ਭਰੀ ਜ਼ਿੰਦਗੀ ਭੋਗ ਰਹੇ ਨੇ, ਵਿਕਾਸ ਹੋਇਆ ਤੁਹਾਡੇ ਘਰਾਂ ਦਾ ਹੋਇਆ। ਤੁਹਾਡੀ ਇਹੀ ਸੜਕ ਨਹੀਂ, ਇਹ ਚਾਬਾ ਦਾਬਾ ਜਿਹੜੇ ਉੱਤੇ ਖੜਿਆ ਸਾਰੇ? ਹਾਂ, ਮੈਂ ਕਹਿੰਦਾ ਜੀ ਪੂਰੇ ਹਲਕੇ ਪੂਰੇ ਹਰਿਆਣਾ ਦੇ ਅੰਦਰ ਧਰਨੇ ਚੀਕੇ ਦੇ ਅੰਦਰ ਸਭ ਤੋਂ ਜ਼ਿਆਦਾ ਲੱਗੇ ਨੇ। ਇਹ ਹੁਣ ਅਸੀਂ SDM ਸਾਹਿਬ ਨੂੰ ਮਿਲਾਂਗੇ ਅਤੇ DC ਸਾਹਿਬ ਨੂੰ ਮਿਲਾਂਗੇ। ਇੱਕ ਤਾਂ ਅਸੀਂ ਠੇਕੇਦਾਰ ਦੇ ਖਿਲਾਫ਼ ਵੀ ਕਾਰਵਾਈ ਦੀ ਮੰਗ ਕਰਦੇ ਹਾਂ, ਅਤੇ ਬਾਕੀ ਜੋ ਇਸ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਨਾਲ ਲੈ ਕੇ ਵੀ ਇਹ ਸੜਕ ਨੂੰ ਜਾਮ ਕਰਕੇ ਇੱਥੇ ਆਪਣਾ ਪ੍ਰੈਸਰ ਬਣਾਇਆ ਜਾਵੇ। ਜਦੋਂ ਵੀ ਵਿਧਾਇਕ ਇੱਧਰ ਕੋਈ ਵੀ ਵੋਟਾਂ ਨੂੰ ਆਉਣ ਬੜੇ, ਉਹਨਾਂ ਨੂੰ ਆਪਣੀ ਹਾਲਾਤ ਦਿਖਾਓ। ਘੱਗਰ ਦੀ ਮਾਰ ਇਹ ਏਰੀਆ ਝੱਲਦਾ, ਜਦੋਂ ਫਲੱਡ ਆਉਂਦੇ ਨੇ ਕੋਈ ਸਾਰ ਲੈਣ ਵਾਲਾ ਨਹੀਂ ਹੁੰਦਾ। ਇਹ ਸਾਡੀਆਂ ਉਹਨੇ ਕੈਥਲ ਜ਼ਿਲ੍ਹੇ ਦੇ ਜਿਹੜੇ ਪਿੰਡ ਹੈ, 20-25 ਪਿੰਡ ਹੈ ਜਿਹੜੇ ਬਾਰਡਰ 'ਤੇ ਲੱਗਦੇ ਆ, ਘੱਗਰ ਦੀ ਮਾਰ ਹੈ। ਸੁਖਵਿੰਦਰ ਸਿੰਘ, ਤੁਸੀਂ ਕੀ ਮੰਗ, ਇਹ ਜਿਹੜੀ ਸੜਕ ਹੈ ਪੰਜਾਬ ਹਰਿਆਣਾ ਜੋੜਦੀ, ਦੇਖੋ ਜੀ ਇਹ ਉੱਧਰੋਂ ਤਾਂ UP ਨੂੰ ਵੀ ਇਹੀ ਸੜਕ ਜਾਂਦੀ ਹੈ, ਹਰਿਆਣੇ ਨੂੰ ਕਰਨਾਲ ਨੂੰ ਇਹੀ ਸੜਕ ਜਾਂਦੀ ਹੈ, ਕੈਥਲ ਨੂੰ ਇਹੀ ਸੜਕ ਜਾਂਦੀ ਹੈ, ਇੱਧਰੋਂ ਸਮਾਣਾ ਸੰਗਰੂਰ ਅਤੇ ਹਿਸਾਰ ਨੂੰ ਇਹੀ ਸੜਕ ਜੋੜਦੀ ਹੈ। 7 ਸਾਲ ਹੋ ਗਏ ਪਹਿਲਾਂ ਟੁੱਟੀ ਨੂੰ ਐਡੇ ਐਡੇ ਟੋਏ ਸੀ, ਅਸੀਂ ਧਰਨੇ ਲਾ ਕੇ ਬਣਵਾਈ ਆ, ਜੇ ਬਣਾਈ ਆ ਤਾਂ ਇੱਕ ਹਜੇ 2 ਮਹੀਨੇ ਹੋ, 1.5 ਮਹੀਨਾ ਹੋਇਆ ਨਹੀਂ, ਅਤੇ ਇਹਦੇ ਸਾਰੀ ਖਿੰਡ ਗਈ, ਇਹਨਾਂ ਨੇ ਕੋਈ ਮੰਦੀਰ ਨਹੀਂ ਲਾਇਆ, ਸਾਰੀ ਖਿੰਡ ਗਈ। ਅਸੀਂ ਸਾਨੂੰ ਇਹ ਸੜਕ ਖਿੰਡ ਗਈ ਹੈ, ਤੁਹਾਡਾ ਕੀ ਕਹਿਣਾ? ਸਾਡਾ ਇਹ ਕਹਿਣਾ ਜੀ, ਜਿਹੜੀ ਇਹ ਸੜਕੇ ਇਹ ਸਮਾਣੇ ਤੋਂ ਗੁਲਾ ਚੀਕਾ ਕੈਂਥਲ ਕਰਨਾਲ ਦਿੱਲੀ ਨੂੰ ਜਾਂਦੀ ਹੈ, UP ਤੱਕ, ਇੱਧਰੋਂ ਅੰਮ੍ਰਿਤਸਰ ਤੱਕ, ਬਰਨਾਲਾ ਸਾਈਡ ਬਠਿੰਡਾ ਸਾਈਡ ਸਾਰੇ ਇਹ ਲਿੰਕ ਸੜਕ ਜੋੜਦੀ ਹੈ। ਇਹ ਸੜਕ ਨੂੰ ਬਣੀ ਨੂੰ ਸਿਰਫ 1.5 ਮਹੀਨਾ ਹੋਇਆ, ਇਹ ਸੜਕ ਨੇ ਘੱਟੋ ਘੱਟ 25 ਤੋਂ ਲੈ ਕੇ 30 ਥਾਵਾਂ 'ਤੇ ਇਹਦੇ ਪੱਚ ਨੇ, ਹਰਿਆਣਾ ਸਰਕਾਰ ਆ ਕੇ ਵੇਖ ਸਕਦੀ ਹੈ। DC ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ, ਜਿਹੜੇ ਠੇਕੇਦਾਰ ਨੇ ਇਹ ਮਟੀਰੀਅਲ ਲਾਇਆ ਉਹਦੀ ਛਾਣਬੀਣ ਕੀਤੀ ਜਾਏ, ਸਭ ਤੋਂ ਘੜੀਆ ਅਤੇ ਨਖਿੱਟ ਆਪਣਾ ਜੋ ਇਹ ਮਾਲ ਇਹਨਾਂ ਨੇ ਪਾਇਆ, ਲੁੱਕ ਦੇ ਵਿੱਚ ਹੈ ਹੀ ਨਹੀਂ, ਥਾਂ ਥਾਂ ਦੇ ਉੱਤੋਂ ਬਜਰੀ ਲੁੱਕ ਤੋਂ ਸੜਕ ਦੇ ਵਿੱਚ ਹੈ ਹੀ ਨਹੀਂ, ਤਾਂ ਹੀ ਸੜਕ ਉਖੜ ਗਈ ਹੈ। ਔਰ ਲੋਕ ਮੰਗ ਕਰ ਰਹੇ ਹੈ ਆਉਣ ਵਾਲੇ ਹਰਿਆਣਾ ਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਹ ਮੁੱਦਾ ਹੋਵੇਗਾ। ਕੈਥਲ ਜ਼ਿਲ੍ਹੇ ਦਾ ਜਿਹੜਾ ਇਹ ਸਭ ਤੋਂ ਵੱਡਾ ਮਤਲਬ ਸੜਕ ਹੈ ਜਿਹੜੀ ਪੰਜਾਬ ਹਰਿਆਣਾ ਦੋਨਾਂ ਨੂੰ ਜੋੜਦੀ ਹੈ, ਔਰ ਸੜਕ ਬਣੇ 1.5 ਮਹੀਨਾ ਹੋਇਆ, ਇਹ ਟੁੱਟ ਗਈ ਹੈ। ਹੁਣ ਕਦੋਂ ਪ੍ਰਸ਼ਾਸਨ ਇਸ ਪਾਸੇ ਧਿਆਨ ਦਿੰਦਾ, ਆਉਣ ਵਾਲਾ ਸਮਾਂ ਦੱਸੇਗਾ, ਔਰ ਇਸ ਇਲਾਕੇ ਦੇ ਲੋਕ ਇਸ ਮੁੱਦੇ ਨੂੰ ਕਿੱਥੇ ਤੱਕ ਲੈ ਕੇ ਜਾਂਦੇ ਹੈ।